ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸੇਵਾਵਾਂ ਦੇ ਰਹੇ ਪਾਠੀ ਸਿੰਘਾਂ ਨੇ ਮੰਗਾਣਾ ਮੰਨਣ ਤੇ ਮੁੱਖ ਦਫ਼ਤਰ ਦੇ ਬਾਹਰ ਤਰਨਾ ਦਿੱਤਾ ਹੈ ਉਹ ਰੋਜ਼ ਮੁਜਾਰੇ ਕਰਮ ਨੂੰ ਮਜਬੂਰ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਦੇ ਬਾਹਰ ਅਖੰਡ ਪਾਠੀ ਸਿੰਘਾਂ ਨੇ ਰੋਹ ਭਰਿਆ ਤਰਨਾ ਦਿੱਤਾ ਉਹ ਮੰਗ ਕਰ ਰਹੇ ਹਨ ਕਿ ਨਾ ਤਾਂ ਉਹਨਾਂ ਨੂੰ ਕੋਈ ਪੱਤਾ ਮਿਲਦਾ ਹੈ ਅਤੇ ਨਾ ਹੀ ਪੱਕਿਆ ਕੀਤਾ ਜਾ ਰਿਹਾ ਹੈ ਉਹ 40-40 ਸਾਲਾਂ ਤੋਂ ਗੁਰੂ ਘਰ ਦੀ ਸੇਵਾ ਕਰ ਰਹੇ ਹਨ ਗੁਰਮਖ ਸਿੰਘ ਮੁੱਖ ਸੇਵਾਦਾਰ ਅਖੰਡਪਾਠ ਸਾਹਿਬ ਵੈਲਫੇਅਰ ਸੁਸਾਇਟੀ ਨੇ ਇਹ ਪ੍ਰਗਟਾਵਾ ਕਰਦਿਆ ਕਿਹਾ ਕਿ ਬਾਬਾ ਬਕਾਲਾ ਦੇ ਮੈਨੇਜਰ ਨੇ ਬਾਈ ਪਾਠੀ ਸਿੰਘਾਂ ਦੀਆਂ ਡਿਊਟੀਆਂ ਕੱਟ ਦਿੱਤੀਆਂ ਹਨ ਇਸ ਸਬੰਧੀ ਉਹ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਮਿਲੇ ਸਨ ਅਦੇ ਆਪਣੀਆਂ ਹੱਕੀ ਮੰਗਾਂ ਬਾਰੇ ਉਹਨਾਂ ਨੂੰ ਜਾਣੂ ਕਰਵਾਇਆ ਹੈ ਪਰ ਉਹਨਾਂ ਕੋਈ ਨਿਆਂ ਨਹੀਂ ਦਿੱਤਾ ਉਹਨਾਂ ਕਿਹਾ ਕਿ ਅਖੰਡਪਾਠ ਸਾਹਿਬ ਕਰਨ ਤੋਂ ਇਲਾਵਾ ਭੋਲਕ ਦੀ ਗਿਣਤੀ ਕਰਨ ਤੇ ਹੋਰ ਸੇਵਾਵਾਂ ਵੀ ਲਈਆਂ ਜਾਂਦੀਆਂ ਹਨ ਪਰ ਉਹਨਾਂ ਨੂੰ ਡਿਊਟੀ ਕਰਨ ਦਾ ਕੋਈ ਇਤਰਾਜ਼ ਨਹੀਂ ਪਰ ਪੱਕਿਆ ਨਾ ਕਰਨ ਦਾ ਰੋਸ ਹੈ ਉਹਨਾਂ ਨੂੰ ਮੈਡੀਕਲ ਪੱਤਾ ਵੀ ਨਹੀਂ ਮਿਲਦਾ ਉਹਨਾਂ ਦਾਵਾ ਕੀਤਾ ਕਿ 7000 ਦੇ ਕਰੀਬ ਅਖੰਡ ਪਾਠੀ ਸਿੰਘ ਹਨ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਮਜਬੂਰ ਹੋ ਕੇ ਸੰਘਰਸ਼ ਤੇਜ਼ ਕਰਨਗੇ ਉਹਨਾਂ ਨੇ ਵੀ ਸਪੱਸ਼ਟ ਕੀਤਾ ਕਿ ਉਹਨਾਂ ਦੀ ਪੇਟਾ ਹੀ 900 ਤੋਂ 1100 ਰੁਪਏ ਤੱਕ ਕੀਤੀ ਗਈ ਹੈ ਇਹ ਪੇਟਾ ਵੀ ਸੰਗਤ ਦੇ ਪੈਸੇ ਤੋਂ ਮਿਲਦੇ ਹਨ ਸ਼੍ਰੋਮਣੀ ਕਮੇਟੀ ਤੋਂ ਅਖੰਡ ਪਾਠਾ ਸਾਹਿਬ ਦੀ ਪੇਟਾ ਲਈ ਸ਼ਰਧਾ ਉਹ 3100 ਰੁਪਏ ਜਮ੍ਹਾਂ ਕਰਵਾਉਂਦੇ ਹਨ ਗੁਰਮਖ ਸਿੰਘ ਨੇ ਸਪਸ਼ਟ ਕੀਤਾ ਕਿ ਧਰਨਾ ਦਫ਼ਤਰ ਦੇ ਬਾਹਰ ਦਿੱਤਾ ਗਿਆ ਹੈ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਸ੍ਰੀ ਦਰਬਾਰ ਸਾਹਿਬ ਦੇ ਲਾਗੇ ਹੋਣ ਕਰਕੇ ਉਹਨਾਂ ਨੂੰ ਇੱਥੇ ਆਉਣਾ ਪੈਂਦਾ ਹੈ ਗੁਰਮਖ ਸਿੰਘ ਨੇ ਕਰੋਨਾ ਸਮੇਤ ਹੋਰ ਕੁਦਰਤੀ ਆਫਤਾਂ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾਂਦੀ ਸੇਵਾ ਤੋਂ ਉਹ ਬੜੇ ਪ੍ਰਭਾਵਿਤ ਹਨ ਤੇ ਹੋਰ ਵੀ ਸਮਾਜਿਕ ਕਾਰਜ ਵੀ ਕਰਦੇ ਹਨ ਪਰ ਪਾਰਟੀ ਸਿੰਘਾਂ ਦੀਆਂ ਮੰਗਾਂ ਪ੍ਰਤੀ ਗੰਬੀਰਤਾ ਨਹੀਂ ਵਿਖਾਈ ਜਾ ਰਹੀ ਹੈ ਜਿਸ ਦਾ ਉਹਨਾਂ ਨੂੰ ਰੰਜਿਸ਼ ਹੈ ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਪੀਏ ਅਮਰੀਕ ਸਿੰਘ ਲਤੀਫ ਨੇ ਉਹਨਾਂ ਦੀਆਂ ਮੰਗਾਂ ਸੰਬੰਧੀ ਪ੍ਰੋਸਾ ਦਵਾਇਆ ਹੈ ਜਿਸ ਤੇ ਪਾਠੀ ਸਿੰਘਾਂ ਨੇ ਤਰਨਾ ਸਮਾਪਤ ਕੀਤਾ ਹੈ ਪਰ ਇਹ ਸਵਾਲ ਵਾਰ-ਵਾਰ ਉੱਠਦੇ ਰਹੇ ਹਨ ਇਸ ਤੋਂ ਪਹਿਲਾਂ ਵੀ ਪਾਠੀ ਅਤੇ ਰਾਗੀ ਸਿੰਘ ਆਪਣੀਆਂ ਮੰਗਾਂ ਨੂੰ ਲੈ ਕੇ ਰੋਜ਼ ਜਿਤਾਉਂਦੇ ਰਹੇ ਹਨ ਪਰ باوجود ਇਸ ਦੇ ਹਰ ਵਾਰ ਮਸਲੇ ਸੁਲਝਾਉਣ ਦਾ ਲਾਰਾ ਲਾ ਕੇ ਗੱਲ ਟਾਲ ਦਿੱਤੀ ਜਾਂਦੀ ਹੈ ਇੱਕ ਵਾਰ ਫਿਰ ਪਾਠੀ ਸਿੰਘਾਂ ਨੇ ਮੋਰਚਾ ਕੋਲ ਦਿੱਤਾ ਹੈ ਸ਼੍ਰੋਮਣੀ ਕਮੇਟੀ ਵਿੱਚ 40-40 ਸਾਲ ਤੋਂ ਡਿਊਟੀ ਕਰਨ ਦੇ ਬਾਵਜੂਦ ਵੀ ਪੱਕਾ ਨਾ ਕੀਤੇ ਜਾਣ ਤੇ ਪਾਠੀ ਸਿੰਘਾਂ ਕਪਾਖ ਹਨ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਮੰਗਾਂ ਵੱਲ ਸ਼੍ਰੋਮਣੀ ਕਮੇਟੀ ਛੇਤੀ ਤੋਂ ਛੇਤੀ ਧਿਆਨ ਦੇਵੇ ਤਾਂ ਕਿ ਉਹਨਾਂ ਨੂੰ ਇਸ ਤਰ੍ਹਾਂ ਧਰਨੇ ਲਾਉਣ ਲਈ ਮਜਬੂਰ ਨਾ ਹੋਣਾ ਪਵੇ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ